ਵਿਰੋਧੀ ਧਿਰ ਦੇ ਲੀਡਰ ਪੀਏਰੇ ਪੋਲੀਅਪ ਦੇ ਵੱਲੋਂ ਐਨਡੀਪੀ ਲੀਡਰ ਜਗਮੀਤ ਸਿੰਘ ਹੋਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਸ ਚਿੱਠੀ ਦੇ ਜ਼ਰੀਏ ਉਹਨਾਂ ਲਿਬਰਲਸ ਤੋਂ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੀਏਰੇ ਪੋਲੀਅਪ ਨੇ ਚਿੱਠੀ ਦੇ ਵਿੱਚ ਕਿਹਾ ਕਿ ਇਸ ਸਮੇਂ ਕੋਸਟ ਆਫ ਲਿਵਿੰਗ ਵਧੀ ਹੋਈ ਹੈ ਅਤੇ ਕੈਨੇਡੀਅਨਸ ਜਿਸ ਸੰਕਟ ਦੇ ਵਿੱਚ ਫਸੇ ਹੋਏ ਨੇ ਉਹ ਅਗਲੇ ਸਾਲ ਤੱਕ ਇਸ ਸਰਕਾਰ ਨੂੰ ਨਹੀਂ ਝੇਲ ਸਕਦੇ। ਇਸ ਲਈ ਭਰੋਸੇਯੋਗ ਮਤਾ ਲਿਆ ਕੇ ਐਨਡੀਪੀ ਨੂੰ ਉਸਦਾ ਸਮਰਥਨ ਨਹੀਂ ਕਰਨਾ ਚਾਹੀਦਾ, ਜਿਸ ਦੇ ਨਾਲ ਇਹ ਸਰਕਾਰ ਡਿੱਗੇਗੀ ਅਤੇ ਫਾਲ ਦੇ ਵਿੱਚ ਇਲੈਕਸ਼ਨਸ ਸੰਭਵ ਹੋ ਸਕਣਗੀਆਂ। ਕੰਜ਼ਰਵੇਟਿਵ ਲੀਡਰ ਪੀਏਰੇ ਪੋਲੀਅਪ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਲੈਟਰ ਲਿਖ ਕੇ ਲਿਬਰਲ ਸਰਕਾਰ ਨੂੰ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਦੇ ਲਈ ਕਿਹਾ। ਉਹਨਾਂ ਆਖਿਆ ਕਿ ਕੈਨੇਡੀਅਨਸ ਅਗਲੇ ਸਾਲ ਦੀ ਬਜਾਏ ਇਸ ਫਾਲ ਸੀਜ਼ਨ ਦੇ ਵਿੱਚ ਵੋਟਾਂ ਪੈਣ ਤਾਂ ਚੰਗਾ ਹੋਏਗਾ। ਪੋਲੀਅਪ ਨੇ ਲੈਟਰ ਵਿੱਚ ਕਿਹਾ ਕਿ ਕੈਨੇਡੀਅਨਸ ਇਸ ਸਮੇਂ ਇਸ ਮਹਿੰਗੇ ਪੈ ਰਹੇ ਸਿਆਸੀ ਸਮਝੌਤੇ ਨੂੰ ਬਰਦਾਸ਼ਤ ਜਾਂ ਸਹਿਣ ਕਰਨ ਦੀ ਹਾਲਤ ਦੇ ਵਿੱਚ ਨਹੀਂ ਨੇ। ਇਸ ਕਰਕੇ ਤੁਹਾਨੂੰ ਇਸ ਸੈਸ਼ਨ ਦੇ ਵਿੱਚ ਫੈਡਰਲ ਲਿਬਰਲਸ ਤੋਂ ਆਪਣੀ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਇਸ ਗੱਠਜੋੜ ਦੇ ਕਾਰਨ ਕੈਨੇਡੀਅਨਸ ਦਾ ਜੀਣਾ ਦੁੱਭਰ ਹੋਇਆ ਪਿਆ, ਵਧੀ ਹੋਈ ਕੋਸਟ ਆਫ ਲਿਵਿੰਗ ਤੋਂ ਪਰੇਸ਼ਾਨ ਨੇ। ਇਸ ਲਈ ਹੁਣ ਜ਼ਰੂਰਤ ਆ ਗਈ ਹੈ ਕਿ ਸਤੰਬਰ ਦੇ ਵਿੱਚ ਹੀ ਭਰੋਸੇਯੋਗ ਵੋਟ ਕਰਵਾ ਲਈ ਜਾਵੇ ਅਤੇ ਉਹਦੇ ਬਾਅਦ ਐਨਡੀਪੀ ਆਪਣੀ ਹਮਾਇਤ ਵਾਪਸ ਲੈਵੇ। ਪੋਲੀਅਪ ਨੇ ਕਿਹਾ ਕਿ ਕੈਬਨਿਟ ਰੀਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ, ਜਿਸ ਦਾ ਅਰਥ ਹੈ ਕਿ ਜਿਹੜੇ ਮੰਤਰੀ ਕ੍ਰਾਈਮ, ਇਨਫਲੇਸ਼ਨ, ਹਾਊਸਿੰਗ ਸਮੱਸਿਆ ਦਾ ਹੱਲ ਨਹੀਂ ਕਰ ਸਕੇ ਉਹ ਬਰਕਰਾਰ ਆਪਣੇ ਅਹੁਦਿਆਂ 'ਤੇ ਰਹਿਣਗੇ। ਇਹ ਪੁੱਛੇ ਜਾਣ ਉੱਤੇ ਕਿ ਕੈਬਨਿਟ ਵਿੱਚ ਫੇਰਬਦਲ ਕਿਉਂ ਨਹੀਂ ਕੀਤਾ ਗਿਆ ਤਾਂ ਟਰੂਡੋ ਨੇ ਕਿਹਾ ਕਿ ਉਹ ਚਿਹਰਿਆਂ ਦੀ ਬਜਾਏ ਨੀਤੀ ਆਧਾਰਿਤ ਸਿਆਸਤ ਕਰਦੇ ਨੇ ਅਤੇ ਕੈਨੇਡੀਅਨਸ ਦੀ ਸਰਕਾਰ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਇਸ ਹਫ਼ਤੇ ਕੈਬਨਿਟ ਰੀਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਦੇ ਉੱਪਰ 100% ਟੈਰਿਫ ਲਗਾਉਣ ਦੀ ਗੱਲ ਵੀ ਆਈ ਸੀ। ਹਾਲ ਹੀ ਦੇ ਵਿੱਚ ਗਵਰਨਮੈਂਟ ਹਾਊਸ ਲੀਡਰ ਕੈਨੇਨਾ ਗੋਲਡ ਨੇ ਕਿਹਾ ਸੀ ਕਿ ਉਹਨਾਂ ਨੂੰ ਯਕੀਨ ਹੈ ਕਿ ਐਨਡੀਪੀ ਦੇ ਨਾਲ ਹੋਇਆ ਸਮਝੌਤਾ 2025 ਜੂਨ ਤੱਕ ਚੱਲੇਗਾ ਅਤੇ ਇਹ ਤੈਅ ਮਿਆਦ ਤੋਂ ਪਹਿਲਾਂ ਨਹੀਂ ਟੁੱਟੇਗਾ। ਉਹਨਾਂ ਆਖਿਆ ਕਿ ਜੂਨ ਦੇ ਅੰਤ ਤੱਕ ਸਮਝੌਤੇ 'ਤੇ ਦਸਤਖਤ ਕੀਤੇ ਗਏ ਨੇ ਅਤੇ ਦੋਵੇਂ ਧਿਰਾਂ ਦੇ ਵੱਲੋਂ ਇਸ ਨੂੰ ਅੱਗੇ ਵਧਾਇਆ ਜਾਏਗਾ। ਪਹਿਲੀ ਵਾਰ ਮਾਰਚ 2022 ਦੇ ਵਿੱਚ ਇਸ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ, ਜਿਸ ਵਿੱਚ ਐਨਡੀਪੀ ਦੀਆਂ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਭਰੋਸੇ ਦੀ ਵੋਟ ਉੱਪਰ ਸਮਰਥਨ ਦੇਣ ਦੀ ਸਹਿਮਤੀ ਬਣੀ ਸੀ, ਜਿਸ ਦੇ ਰਾਹੀਂ ਲਿਬਰਲਸ ਦੇ ਵੱਲੋਂ ਡੈਂਟਲ ਕੇਅਰ, ਯੂਨੀਵਰਸਲ ਫਾਰਮਾ ਕੇਅਰ ਅਤੇ ਐਂਟੀ ਸਕੈਬ ਵਰਗੇ ਬਿੱਲ ਲਿਆ ਕੇ ਪਾਸ ਕੀਤੇ ਗਏ। ਪਰ ਹੁਣ ਪੋਲੀਅਪ ਨੇ ਇੱਕ ਵਾਰ ਫਿਰ ਤੋਂ ਜਗਮੀਤ ਸਿੰਘ ਨੂੰ ਲੈਟਰ ਲਿਖ ਕੇ ਕਿਹਾ ਕਿ ਇਸ ਸਮੇਂ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਲਿਬਰਲਸ ਨੂੰ ਚਲਦਾ ਕੀਤਾ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।